ਬੜੇ ਮੋਹਤਰਮ, ਬੜੇ ਵਾਜਬ ਅਲਤਰਾਮ, ਜ਼ੀ ਵਕਾਰ, ਆਪਣੀ ਮਿਸਾਲ ਆਪ, ਸਾਡੀ ਕੌਮੀ ਸ਼ੀਆ ਦਾ ਫਖਰ ਕਿਬਲਾ ਨਕਵੀ ਸਾਹਿਬ ਤਸ਼ਰੀਫ ਫਰਮਾਨੇ, ਮੌਲਾਨਾ ਦਾ ਸਾਇਆ ਸਲਾਮਤ ਰੱਖੇ। ਸਿਰਫ ਇੱਕ ਹਦੀਸ ਪੜ੍ਹਨੀ ਹੈ ਮੈਂ, ਜਿਹੜਾ ਬਜ਼ੁਰਗਾਂ ਨਾਲ ਵਾਅਦਾ ਕੀਤਾ ਹੈ। ਉਹ ਹਦੀਸ ਪੜ੍ਹ ਕੇ ਅਤੇ ਮੈਂ ਦੋ ਵਹਿਨ ਕਰਾਂਗਾ ਅਤੇ ਮੈਂਬਰ ਬਜ਼ੁਰਗਾਂ ਦੇ ਹਵਾਲੇ। ਇਹ ਐਸੀ ਹਦੀਸ ਹੈ, ਚਲੋ ਕਿਬਲਾ ਵੀ ਆ ਗਏ ਨੇ, ਯਕੀਨਨ ਮੈਨੂੰ ਉਹਨਾਂ ਦੀ ਦੁਆ ਮਿਲ ਜਾਏਗੀ। ਸੱਯਦ ਨੇ, ਮੈਂ ਉਹਨਾਂ ਦੇ ਘਰ ਦੀ ਵਕਾਲਤ ਕਰਨ ਲੱਗਾ। ਮੇਰੀ ਸਾਰੀ ਜ਼ਿੰਦਗੀ ਦੀ ਪੜ੍ਹਾਈ ਇੱਕ ਪਾਸੇ, ਇਹ ਹਦੀਸ ਇੱਕ ਪਾਸੇ ਜਿਹੜੀ ਮੈਂ ਪੜ੍ਹਨ ਲੱਗਾ। ਤੁਸੀਂ ਦਾ ਦੇ ਗਏ ਠੀਕ ਹੈ, ਨਾ ਦੇ ਗਏ ਤਾਂ ਵੀ ਠੀਕ ਹੈ, ਲੇਕਿਨ ਮੌਲਾ ਦਾ ਵਾਸਤਾ ਦੁਆ ਜ਼ਰੂਰ ਕਰੋ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਬਾਬਾ ਜੀ। ਪੜ੍ਹੀਏ ਜਨਾਬ, ਜਿਹੜੀ ਹਦੀਸ ਬੜੀ ਮਸ਼ਹੂਰ ਹੋਈ, ਪੜ੍ਹੀਏ ਬਾਬਾ ਜੀ। ਆਖੇ ਨਬੀ ਮੁਸਤਫਾ ਰਾਜ਼ੀ ਉਹਨਾਂ ਤੇ ਖੁਦਾ, ਆਪੇ ਜਾਂਦੇ ਹੌਲੀ ਹੌਲੀ ਉੱਚੀ ਜਾ ਤੇ ਤੁਸੀਂ ਹੁਣ ਥੱਲੇ ਚੱਲ ਜਾਓ। ਇਸ ਵਜ੍ਹਾ ਤੋਂ ਫਿਰ ਬੰਦੇ ਨੂੰ ਦੁੱਖ ਲੱਗਦਾ ਨਾ, ਹੁਣ ਤੁਸੀਂ ਊਂ ਕਰੋ, ਹੁਣ ਤੁਸੀਂ ਵੀ ਥੋੜ੍ਹਾ ਉੱਚੀ ਹੋਵੋ ਨਾ। ਹਾਂਜੀ, ਹੁਣ ਮੇਰਾ ਖਰਚ ਵੇਖੋ ਅਤੇ ਇਹਨਾਂ ਦੀ ਦਾਦ ਹੁਣ ਵੇਖੋ। ਆਖੇ ਨਬੀ ਮੁਸਤਫਾ ਰਾਜ਼ੀ ਉਹਨਾਂ ਤੇ, ਉੱਚੀ ਆਖੋ ਰਾਜ਼ੀ ਉਹਨਾਂ ਤੇ, ਇੱਕ ਵਾਰੀ ਫਿਰ ਆਖੋ ਰਾਜ਼ੀ ਉਹਨਾਂ ਤੇ। ਇੱਧਰ ਵਾਲੇ ਬੰਦੇ ਨਹੀਂ ਬੋਲੇ, ਨਾਰਾਜ਼ ਨਾ ਹੋਇਓ, ਰਾਜ਼ੀ ਉਹਨਾਂ ਤੇ। ਕਿਬਲਾ ਪ੍ਰੋਫੈਸਰ ਜਨਾਬ, ਮੇਰੇ ਮੋਹਤਰਮ ਵਾਜਬ ਅਲਤਰਾਮ ਜ਼ੁਲਫਕਾਰ ਨਕਵੀ ਸਾਹਿਬ, ਅੱਲਾ ਸਾਇਆ ਸਲਾਮਤ ਰੱਖੇ, ਕਿਬਲਾ ਤਸ਼ਰੀਫ ਫਰਮਾਨੇ। ਕਸਮ ਮੌਲਾ ਦੀ, ਮੇਰਾ ਯਕੀਨ ਹੈ ਮੈਨੂੰ ਮਸੱਲੇ 'ਤੇ ਬਹਿ ਕੇ ਵੀ ਦੁਆ ਦੇਣਗੇ ਕਿ ਕੱਲ੍ਹ ਬਲਵੀ ਐਸੀ ਹਦੀਸ ਪੜ੍ਹੀਏ ਤੇਰੇ ਪੜ੍ਹਨ ਤੋਂ ਸਦਕੇ, ਤੇਰੇ ਅੰਦਾਜ਼ ਤੋਂ ਸਦਕੇ, ਮੇਰਾ ਯਕੀਨ ਹੈ, ਕਿਉਂਕਿ ਵਕਾਲਤ ਇਹਨਾਂ ਦੀ ਘਰ ਦੀ। ਇੱਕ ਵਾਰੀ ਉੱਚੀ ਆਖੋ ਤਾਂ ਮੈਂ ਪੜ੍ਹਾਂ, ਰਾਜ਼ੀ ਉਹਨਾਂ 'ਤੇ, ਰਾਜ਼ੀ ਉਹਨਾਂ 'ਤੇ। ਇੱਕ ਸਾਹਾਬੀ ਖੜਾ ਹੋਇਆ, ਯਾ ਰਸੂਲ ਅੱਲਾ, ਅੱਲਾ ਨਮਾਜ਼ੀਆਂ 'ਤੇ ਰਾਜ਼ੀ ਹੈ? ਨਬੀ ਆਖਿਆ ਨਹੀਂ। ਦੀਨਦਾਰਾਂ 'ਤੇ ਨਹੀਂ, ਰੋਜ਼ੇਦਾਰਾਂ 'ਤੇ ਨਹੀਂ, ਹਾਜੀਆਂ 'ਤੇ ਨਹੀਂ। ਮੌਲਾ ਫਿਰ ਗੱਲ ਖੋਲੋ, ਅੱਲਾ ਕਿਹਨਾਂ 'ਤੇ ਰਾਜ਼ੀ ਹੈ? ਬਾਰ ਬਾਰ ਫਰਮਾ ਰਹੇ ਹੋ। ਆਪ ਸਰਕਾਰ ਖੜ੍ਹੇ ਹੋਏ, ਨਬੀ ਪਾਕ ਦੇ ਪਾਕ ਲੱਭ ਮੁਸਕਰਾਏ। ਨਬੀ ਜਿਹੜੀ ਹਦੀਸ ਸਾਹਿਬਾਂ 'ਚ ਪੜ੍ਹੀਏ ਸੁਣਾਵਾਂ। ਆਖੇ ਨਬੀ ਮੁਸਤਫਾ ਰਾਜ਼ੇ ਸ਼ਫਾਤ ਨਾ ਕਰੇ, ਨਬੀ ਮੈਨੂੰ ਮੱਥੇ ਨਾ ਲਾਵੇ। ਇਸੇ ਨਬੀ ਫਰਮਾਇਆ, ਆਖੇ ਨਬੀ ਮੁਸਤਫਾ ਉਹਨਾਂ ਤੇ ਖੁਦਾ ਬੜੀ ਮਿਹਰਬਾਨੀ।
ਮੈਂ ਫਿਰ ਪੜ੍ਹ ਦੇਣਾ ਬੰਦਿਆਂ ਦਾ ਕਲਬਲ ਵੀ ਕਸਮਾਂ ਖਾਧੀਆਂ ਤਾਂ ਖਾਧੀਆਂ ਨੇ ਬੰਦੇ ਗੌਰ ਕਰਨ ਹਦੀਸ ਕਿਹੜੀ ਵੱਡੀ ਹੈ ਘਰ ਜਾ ਕੇ ਸੋਚਣ ਮਿੰਬਰ ਹੁਸੈਨ ਤੇ ਖਲੋਤਾ ਬਾਦਸ਼ਾਹ ਸੈਯਦ ਮੌਜੂਦ ਨੇ ਉਹਨਾਂ ਦੀ ਮੌਜੂਦਗੀ 'ਚ ਹਦੀਸ ਪੜ੍ਹਿਆ ਆਖੇ ਨਬੀ ਮੁਸਤਫਾ ਜਿਹਨੇ ਜਿਹਨੇ ਕੀਤਾ ਮੇਰੀ ਬੰਦੇ ਰੋ ਪਏ ਨੇ ਆਲਮ ਵੀ ਰੋ ਪਏ ਨੇ ਮੋਮਨ ਵੀ ਰੋ ਪਏ ਨੇ ਮੈਂ ਨੌਕਰਾਂ ਜਿਹੜੀ ਆਦਰੀ ਵੇ ਬਾਬਾ ਤੇਰੇ ਤੋਂ ਬਾਅਦ ਪੇਕੇ ਮੋਕ ਗਏ ਆਪਣੀ ਹਾਏ ਬੁਲੰਦ ਕਰਨ ਵਾਲਾ ਦਵਾਸਾ ਅਲਮਾਨ ਅਲਮਾਨ ਮੈਂ ਲੰਬਾ ਨਹੀਂ ਪੜਨਾ ਸਰਦਾਰ ਆ ਗਏ ਨੇ ਉਹਨਾਂ ਦੇ ਹਵਾਲੇ ਮਿੰਬਰ ਕਰਨ ਲੱਗਾ ਜਿਹਦਾ ਰਸੂਲ ਹਯਾ ਦੱਸਦੇ ਰਹੇ ਲੋਕਾਂ ਨੂੰ ਬੜਾ ਮਾਰਿਆ ਮਜਮਾ ਚੋਖਾ ਹਾਏ ਬੁਲੰਦ ਨਹੀਂ ਹੋਈ ਪਤਾ ਨਹੀਂ ਬੰਦਿਆਂ ਨੂੰ ਸਮਝ ਨਹੀਂ ਆਈ ਬਾਈ ਹੱਥ ਕੋਲੋਂ ਯਾਰ ਹਾਏ ਕਰੋ ਮੇਰੇ ਕੋਲੋਂ ਪੁੱਛੋ ਕਲਬਲ ਵੀ ਕਿਤਨਾ ਮਾਰਿਆ ਓ ਸਰਗੋ ਦੇ ਆਲਿਆ ਇਤਨਾ ਮਾਰਿਆ ਪਸਲੀਆਂ ਤਰੁੱਟ ਗਈਆਂ ਅਲਮਾਨ ਅਲਮਾਨ ਤੇਰੀ ਹਾਏ ਦੱਸਦੀ ਹੈ ਪਾਕਾਂ ਦੀ ਅਮਨ ਦੇ ਬਾਬਾ ਪੁੱਤਰਾਂ ਦੇ ਸ਼ਹਿਰ ਹੋਣੀ ਪੁੱਤਰਾਂ ਦੇ ਸ਼ਹਿਰ ਹੋਣੀ ਇੱਕ ਜੁਮਲਾ ਮੈਂ ਹੋਰ ਪੜ੍ਹਨਾ ਹੈ ਮੁਰਸ਼ਦਾਂ ਕੋਲੋਂ ਇਜਾਜ਼ਤ ਲੈ ਕੇ ਇੱਕ ਜੁਮਲਾ ਬਾਣੀ ਹੈ ਮਜਲਿਸ ਮੇਰੇ ਫਿਰਾਓ ਵਾਦਾ ਵਫਾ ਹੋ ਗਿਆ ਮੈਂ ਲਾਹੌਰ 15 ਸਫ਼ਰ ਪੜ੍ਹਦਾ ਪਿਆ ਸੀ ਇਸ ਜ਼ਿਕਰ ਦੀ ਕਸਮ ਹੈ ਇੱਕ ਸੈਯਦ ਖੜਾ ਹੋ ਗਿਆ ਆਦਾ ਕਲਬਲ ਵੀ ਪੜ੍ਹਦਾ ਨਾ ਪਾ ਦੱਸ ਕਿਤਨਾ ਮਾਰਿਆ ਮੇਰੀ ਦਾਦੀ ਨੂੰ ਆਦਾ ਤੈਨੂੰ ਮੇਰੀ ਦਾਦੀ ਦਾ ਵਾਸ ਹੀ ਪੜ੍ਹਦਾ ਨਾ ਪਾ ਮੈਂ ਇੱਕ ਰਵਾਇਤ ਪੜ੍ਹੀ ਤੇ ਮਜਲਿਸ ਹੋ ਗਈ ਮੈਂ ਕਿਹਾ ਵਾਸ ਦਿੱਤਾ ਤੇ ਆ ਦੱਸਾਂ ਇਹਨਾਂ ਮੁਸਲਮਾਨਾਂ ਰਸੂਲ ਤੋਂ ਬਾਅਦ ਬਤੂਲ ਨੂੰ ਇਤਨਾ ਮਾਰਿਆ ਜਿਤਨੀ ਦੇਰ ਜ਼ਿੰਦਾ ਰਹੀਏ ਪੁੱਤਰਾਂ ਤੋਂ ਮੂੰਹ ਲੁਕੈਂਦੀ ਰਹੀਏ ਆਦਮੀ ਅੱਲਾ ਸਿਰ ਤੇ ਹੱਥ ਮਾਰ ਤੈਨੂੰ ਬੀਬੀ ਦੇ ਦੁੱਖਾਂ ਦਾ ਵਾਸਾ ਸਿਰ ਤੇ ਹੱਥ ਮਾਰ ਮੇਰਾ ਲਾਲ ਮੇਰੇ ਪੇਕੇ ਮੋਕ ਗਏ ਅਲਮਾਨ ਨਫੀਸ ਰਾਜ਼ੀ ਰਵੀ ਵਾਦਾ ਵਫਾ ਹੋ ਗਿਆ ਅੱਲਾਹ ਅਕਬਰ ਮੈਂ ਸਦਕੇ ਜਾਵਾਂ ਇੱਕ ਦੁੱਖ ਹੋਰ ਪੜ੍ਹ ਲਵਾਂ ਕਿ ਛੱਡ ਦੇਵਾਂ ਸ਼ਾਹ ਸਾਹਿਬ ਕੋਲੋਂ ਇਜਾਜ਼ਤ ਲੈ ਕੇ ਬਾਬਾ ਜੀ ਇੱਕ ਦੁੱਖ ਪੜ੍ਹ ਲਵਾਂ ਇੱਕ ਦੁੱਖ ਪੜ੍ਹ ਲੈਣਾ ਇਹ ਮੇਰਾ ਮਿੰਬਰ ਤੇ ਹੱਥ ਹੈ ਮੈਂ ਸਰਗੋ ਦੇ ਆਲੇ ਜਿੱਥੇ ਵੀ ਫੜਿਆ ਨਾ ਇਹ ਦੁੱਖ ਮੈਂ ਚੁੱਪ ਕਰ ਜਾਂਦਾ ਮਜਮਾ ਕੂਕਾ ਮਾਰ ਕੇ ਰੋਂਦਾ ਹੈ ਪੁੱਛੋ ਕਲਬਲ ਵੀ ਕਿਹੜਾ ਦੁੱਖ ਹੈ ਵੱਡੀ ਸਹਿਨ ਦਾ ਜਿਹੜਾ ਪੜ੍ਹਨਾ ਹੈ ਤੇ ਮਜਮਾ ਕੂਕਾ ਮਾਰ ਕੇ ਰੋਂਦਾ ਹੈ ਮੈਨੂੰ ਅਲਮ ਦੀ ਕਸਮ ਹੈ ਮੈਂ ਕੀ ਦੱਸਾਂ ਪਤੂਲੋ ਮਜ਼ਲੂਮਾ ਏ ਜਦੇ ਜਨਾਜ਼ੇ ਦਾ ਐਲਾਨ ਨਹੀਂ ਹੋਇਆ ਕਰੋ ਹਾਏ ਬੁਲੰਦ ਕਰੋ ਹਾਏ ਬੁਲੰਦ ਮੈਂ ਨੌਕਰਾਂ ਮੈਂ ਨੌਕਰਾਂ ਮੈਂ ਨੌਕਰਾਂ ਮੈਂ ਬਿਸਮਿਲ੍ਲਾ ਕਰਾਂ ਫਿਰ ਮੇਰੇ ਕੋਲੋਂ ਪੁੱਛੋ ਕਲਬਲ ਵੀ ਧੀ ਸੁੰਨੀ ਦੀ ਮਰੇ ਸ਼ੀਆ ਦੀ ਮਰੇ ਜਨਾਜ਼ਿਆਂ ਦੇ ਐਲਾਨ ਹੁੰਦੇ ਕਿਹੜੀ ਮਜਬੂਰੀ ਹੈ ਜਿਹੜਾ ਬਤੂਲ ਦਾ ਐਲਾਨ ਨਹੀਂ ਹੋਇਆ ਮੈਂ ਝੂਠ ਬੋਲਾਂ ਮੈਂ ਬੀਬੀ ਦਾ ਮੁਜਰਮ ਹੋਵਾਂ ਐਲਾਨ ਇਸ ਵਜ੍ਹਾ ਤੋਂ ਨਹੀਂ ਹੋਇਆ ਜ਼ਹਰਾ ਦਫਨਾਈ ਨਹੀਂ ਲੁਕਾਈ ਕਰੋ ਜੇ ਨਾ ਮੇਰੀਆਂ ਪਛਲੀਆਂ
ਅਲਮਾਨ 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 ਯਾ ਜ਼ਹਰਾ ਇੱਕ ਵੈਨ ਬਜ਼ੁਰਗਾਂ ਦਾ ਇੱਕ ਵੈਨ ਮੈਂ ਬਿਸਮਿਲਾ ਕਰਾਂ ਇੱਕ ਵੈਨ ਰੱਤ ਕਦੀ ਮੌਕਾ ਬਣਿਆ ਤਫਸੀਲਨ ਪਰਸਾਂ ਸਾਰੀ ਜ਼ਿੰਦਗੀ ਸੁਣਿਆ ਬਾਬੇ ਦੇ ਬਾਅਦ ਤਸਬੀ ਨਹੀਂ ਸੀ ਚਾ ਸਕਦੀ ਵਾਹ 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 ਮੈਂ ਬਿਸਮਿਲਾ ਕਰਾਂ ਐ ਮੈਂ ਹੱਥ ਬੱਧੀ ਖਲੋਤਾ ਮੈਂ ਤਿੰਨ ਦਵਾ ਦਾ ਜ਼ਵਾਰ ਆ ਲਈ ਅਕਬਰ ਦੇ ਬਾਬੇ ਦਾ ਵੱਡੀ ਸੈਨ ਦੀ ਕਬਰ ਦਾ ਜ਼ਵਾਰ ਆ ਮਿੰਨਤ ਕਰਨਾ ਤੁਹਾਡੀ ਹਾਏ ਜਵਾਬ ਹੈ ਏਡੀ ਵੱਡੀ ਤੁਹਾਡੇ ਅੱਗੇ ਮਿੰਨਤ ਕੀਤੀ ਝੋਲੀ ਫਲਾਈ ਖੜਾ ਹਾਏ ਜਵਾਬ ਹੈ ਉੱਚੀ ਕਰਕੇ ਦੱਸੋ ਤਸਬੀ ਦਾ ਚੋਖਾ ਵਜ਼ਨ ਹੁੰਦਾ ਬੋਲ ਨਸਬੀ ਸਬਾਸ ਮੌਲਾ ਦਾ ਅਦਾ ਕਰੇ ਚੋਖਾ ਵਜ਼ਨ ਹੁੰਦਾ ਨਹੀਂ ਨਹੀਂ ਬੰਦਾ ਇੱਕ ਪੋਟੇ ਤੇ ਚਾ ਕੇ ਤਸਬੀ ਕਰ ਲੈਂਦਾ ਹੈ ਅੱਜ ਪੁੱਛੋ ਕੱਲਾ ਬਲਵੀ ਕਿਹੜੀ ਮਜਬੂਰੀ ਹਾ ਜਿਹੜਾ ਹਸਨ ਹੁਸੈਨ ਦੀ ਮਾਂ ਤਸਬੀ ਨਹੀਂ ਸਜਾ ਸਕਦੀ ਕੰਜ ਕਰ ਜਨ ਮਾਤਮ ਨਹੀਂ ਆਉਂਦਾ ਮਜਬੂਰੀ ਆਈ ਹੱਥ ਨਿਕਲਿਆ ਸੰਗਾ ਤੂੰ ਵੀ ਖਾਵਨ ਕੀਤੇ ਉਹ ਜੇ ਸਦਾ ਮਜ਼ੈਨਬ ਦੀ ਮਾਂ ਦਾ ਇੱਕ ਸ਼ਿਮਰ ਮਿਜ਼ਾ ਛੱਡ ਦੇਵਾਂ ਤੁਸੀਂ ਬੋਲੋ ਭਾਜੀ ਪੜਾਣਾ ਹੈ ਦਾ ਵੈਨ ਫਿਰ ਹੱਥ ਚਾਹ ਸਿਰ ਤੇ ਰੱਖੋ ਪੀਪੀ ਦਾ ਵਾਸ ਅਜੇ ਇੱਕ ਵਾਰੀ ਹੱਥ ਸਿਰ ਤੇ ਰੱਖੋ ਸਿਰ ਤੇ ਹੱਥ ਰੱਖੋ ਔਖੇ ਤੇ ਸੌਖੇ ਮੇਰੀ ਸ਼ੈਨ ਘਰ ਆਈਏ ਆਲੀਆ ਦੀ ਅੰਮਾ ਦਰਬਾਰ ਗਈਆਂ ਕਿਹ ਬਣਿਆ ਹੈ ਫਰਮਾਇਆ ਕੋਈ ਰੰਗ ਵੇਖਾਈਆਂ ਅੰਮਾ ਕਿਹੋ ਜਿਹਾ ਰੰਗ ਵੇਖਿਆ ਜਿਹੜਾ ਵਾਲ ਚਿੱਟੇ ਹੋ ਗਏ ਮੇਰੀ ਸ਼ੈਨ ਧੀ ਨੂੰ ਹਾਂ ਨਾ ਲਾਇਆ ਚਾਦਰ ਚੁੰਮਕਿਆ ਦੀਆ ਦਸਾਂ ਮਾਸ਼ਾਅੱਲਾ